मान बठिंडे वाला साढ़े नाल नहीं। मान सत श्रीकाल जी। हाँ श्रीकाल जी। हाँ जी हाँ जी, मैं गुरपाल बोल रहा हूँ तो पंजाब रतन तो। अच्छा मान, तुसी इस सारे मामले दे विच जिहड़ा परमिंदर सिंह झोटा दे नाल रहे, और मेनली थोड़ा रोल इस चीज़ दे विच रहा कि तुसी उन्हों तुहानू लोग तुहाडे नाल लोग जुड़े हुए आ, तुसी नाल उन्हों पूरी मतलब एक जिवें जिवें हैकल डाह के कहना हुंदा उवें खड़े नशे दे मामले दे विच। कोई परमिंदर झोटे नाल पुरानी दोस्ती मित्रता कि बस थोड़ा भी बस नशे दे खिलाफ कोई है भी, बस भी नशे दे खिलाफ लड़ाई करके नाल सी या। मैं पुराना पुराना नहीं जानता जी गुरपाल, जदों इन्हें बीड़ा चुके नशे के खिलाफ हाँ मैंने वधिया लग्या। मेरा एक साडा म्यूचुअल फ्रेंड सी, उहदे नाल ही साडा फिर मेल हुंदा है, फिर मैनू इहदा काम वधिया लगदा, फिर मैंने एक वीडियो कॉल है। हाँ अच्छा। नहीं कदे पिछले समय दे विच इहदा बैकग्राउंड चेक कीता कि पिछले समय दे विच आप कोई जिवें रिपोर्टां सामने आईयां कोई आप नशा करदा होवे परविंदर झोटा, कोई इहो जी गल कोई जमा सच्चाई जनरल तरीके नाल दस्सिओ, क्योंकि जरूरी नहीं गा भी जिहड़ा नशा करदा होवे जिहने छड्डता तां उह बंदा नशेड़ी रहिंदा सारी उम्र, पर तुसीं सच दस्सिओ वी तुहानूं पता सीगा कुछ ऐसा। ਨਹੀਂ ਵੀਰੇ ਮੈਨੂੰ ਕੋਈ ਇਹਦੇ ਬਾਰੇ ਕੋਈ ਪਤਾ ਨਹੀਂ ਸੀਗਾ ਪਿਛੋਕੜ ਬਾਰੇ, ਪਰ ਮੈਂ ਹੁਣ ਦਾ ਦੇਖਿਆ ਸੀ ਵੀ ਅੰਮ੍ਰਿਤਧਾਰੀ ਗੁਰਦਾ ਸਿੰਘ ਹੈ। ਤੇ ਤੁਹਾਨੂੰ ਲੱਗਦਾ ਜਿਹੜੀ ਰਿਪੋਰਟਾਂ ਆਈਆਂ ਨੇ ਉਹਦੇ ਤੇ ਕਿੰਨਾ ਕੁ ਵਿਸ਼ਵਾਸ ਕਰਦੇ ਹੋ ਤੁਸੀਂ ਵੀ ਉਹ ਕਹਿੰਦੇ ਉਹ ਵੀ ਆਪ ਵੀ ਨਸ਼ਾ ਕਰਦਾ? ਉਹ ਤਾਂ ਜੀ ਤੁਸੀਂ ਸਿਰ ਦੇ ਉੱਤੇ ਦੀ ਗੋਲੀ ਲੈ ਲਓ ਤਾਂ ਵੀ ਆ ਜਾਊਗੀ। ਦੂਜੀ ਗੱਲ ਉਹ ਤਾਂ ਮੋਰਫਿੰਟਰ ਹਰ ਇੱਕ ਦਵਾਈ ਦੇ ਵਿੱਚ ਹੁੰਦੀ ਹੈ। ਦੂਜੀ ਗੱਲ ਪੁਲਿਸ ਵਾਲਿਆਂ ਕੋਲੇ ਝੋਟਾ 3-4 ਦਿਨਾਂ ਤੋਂ ਕੋਲੇ, ਉਹਨੂੰ ਕੁਛ ਵੀ ਖਵਾਇਆ ਤੇ ਆਇਆ ਘੋਲ ਕੇ ਦਿੱਤਾ ਜਾ ਸਕਦਾ। ਤੀਜੀ ਗੱਲ ਕਿਸੇ ਦੀ ਵੀ ਤੁਸੀਂ ਮੈਡੀਕਲ ਰਿਪੋਰਟ ਮੈਨੂੰ ਤਾਂ ਲੱਗਦਾ ਨਹੀਂ ਤੁਹਾਨੂੰ ਬਾਹਰ ਵਾਇਰਲ ਕਰ ਦੇਣੀ ਚਾਹੀਦੀ ਹੈ। अच्छा बिल्कुल सही गल। अच्छा मान, एक सब तो वड्डी गल ये है कि किन्ने लोग इत्थे नशा तस्करी कर रहे हैं उन्हां दी गल सामने नहीं आउंदी, उन्होंने मतलब वो तो फड़े नहीं जाते, जिहड़े नशा नूं छड़ाउंदे ने आपदे तरीके नाल तां उन्हां नूं फड़िया जांदा, इहदे बारे की कहोगे? मतलब भी ये तो सीधी सीधी जी गल हुई, तुहानूं लगदा भी उपरले एडमिनिस्ट्रेशन तो फैसला लिया गया होना है, भगवंत मान दी नॉलेज गल होनी है, जां थल्ले किसे SSP ने अपनी किड कढ़ी है जां DSP ने, की लगता सारे मामले च? कृपाल कोई ऐसा ही ऐसा दी गल ही है, किसे तां उहनूं सन्मानित कर देना चाहीदा सी कि तूं आपदे तरीके नाल काम करदा। आ जट साहब तों 3-4 बंदे नाल आटक कुटमार करनी नहीं तूं आपदे तरीके नाल, जिहड़ा इहनां दा लाभ ना लक तोड़। बिल्कुल बिल्कुल। ਕਿਤੇ ਉਲਟਾ ਕੀ ਹੋ ਗਿਆ, ਚੱਕ ਕੇ ਉਸੇ ਨੂੰ ਅੰਦਰ ਸਿੱਟ ਦਿੱਤਾ ਗਿਆ। ਅੱਛਾ ਅੱਛਾ ਬਿਲਕੁਲ ਬਿਲਕੁਲ। ਤੇ ਤੋਂ ਦਾ ਤਰੀਕਾ ਸਹੀ ਹੈ ਤੁਹਾਨੂੰ ਲੱਗਦਾ ਵੀ ਇਹ ਜਦੋਂ ਪ੍ਰਸ਼ਾਸਨ ਹੱਥ ਖੜੇ ਕਰਦੇ ਕਹਿੰਦੇ ਉਦੋਂ ਹੀ ਬਾਗੀ ਪੁਣਾ ਉੱਠਦਾ, ਤੇ ਇਹ ਤਰੀਕਾ ਸਹੀ ਸੀਗਾ ਉਹਦਾ ਪਰਵਿੰਦਰ ਝੋਟਾ ਜਿਹੜਾ ਹੁਣ ਨੇੜਲੇ ਦਿਨਾਂ ਦੇ ਵਿੱਚ ਰੀਸੈਂਟ ਦਿਨਾਂ ਦੇ ਵਿੱਚ ਜਿਹੜਾ ਤਰੀਕੇ ਦੇ ਨਾਲ ਲੋਕਾਂ ਨੂੰ ਫੜ ਰਿਹਾ ਸੀ ਔਰ ਆਨਲਾਈਨ ਦੱਸਦਾ ਵੀ ਸੀ, ਮਾਰਕੁੱਟ ਵੀ ਇੰਨੀ ਹੈ ਨਹੀਂ ਸੀ, ਤਾਂ ਉਹ ਤਰੀਕਾ ਇੰਨਾ ਬੁਰਾ ਤਾਂ ਨਹੀਂ ਸੀ ਤੁਹਾਨੂੰ ਕੀ ਲੱਗਦਾ? ਨਹੀਂ 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 ਕੋਈ ਬੁਰਾ ਨਹੀਂ ਜੀ, ਜਿਹੜੇ ਬੰਦੇ ਨੇ 20-25 ਬੰਦੇ ਮਾਰੇ ਹੋਣ ਉਹਨੂੰ ਉਹਨੂੰ ਝੋਟੇ ਨੇ ਕਿਹਾ ਵੀ ਤੂੰ ਨੱਕ ਨਾਲ ਲਕੀਰਾਂ ਕੱਢ, ਓਨੀਆਂ ਕੱਢ ਜਿੰਨੇ ਇੱਥੋਂ ਲੈ ਕੇ ਟੀਕਾ ਲਾ ਕੇ ਮੁੰਡੇ ਮਰੇ ਨੇ। ਬਿਲਕੁਲ ਉਹ ਕਹਿੰਦਾ 21-22 ਲਕੀਰਾਂ ਉਹਨੇ ਕੱਢੀਆਂ, ਜਿਹੜਾ ਬੰਦਾ ਮੰਨਦਾ ਵੀ 21-22 ਬੰਦਿਆਂ ਦਾ ਮੈਂ ਕਾਤਲ ਹੈ, ਉਹਨੂੰ ਬਖਸ਼ੀ, ਉਹਦਾ ਜੋ ਹੁੰਦਾ ਉਹਦੇ ਨਾਲ ਉਹਨਾਂ ਹੀ ਥੋੜਾ ਬਾਈ ਜਿੰਨਾ ਹੁੰਦਾ। ਸੱਚ ਦੱਸਿਓ ਤੁਸੀਂ ਪਿੰਡਾਂ ਦੇ ਨਾਲ ਜਾਂਦੇ ਸੀ ਤਾਂ ਜਿਹੜਾ ਲਾਈਵ ਹੁੰਦਾ ਸੀ ਨਾਲ ਤੁਸੀਂ ਕਰਦੇ ਸੀ ਤਾਂ ਉੱਥੋਂ ਦੀ ਪੰਚਾਇਤ ਨੂੰ ਧੱਕੇ ਦੇ ਨਾਲ ਕਈ ਵਾਰੀ ਲਾਈਵ 'ਚ ਲਿਆ ਜਾਂਦਾ ਕਿ ਪੰਚਾਇਤ ਹੱਕ 'ਚ ਹੁੰਦੀ ਸੀ ਝੋਟੇ ਦੇ ਵੀ ਹਾਂ ਅਸੀਂ ਤੁਹਾਡੇ ਨਾਲ ਹੈ, ਕਿਸੇ ਪਿੰਡ 'ਚ ਵਿਰੋਧ ਹੋਇਆ ਝੋਟੇ ਦਾ? ਨਹੀਂ ਝੋਟਾ ਉੱਥੇ ਜਾਂਦਾ ਸੀ ਜਿੱਥੇ ਬੁਲਾਇਆ ਜਾਂਦਾ ਸੀ, ਪਿੰਡ ਦੇ ਘੱਟੋ ਘੱਟ 15-20 ਘੱਟੋ ਘੱਟ ਬੰਦੇ ਨਾਲ ਹੁੰਦੇ ਸੀ, ਝੋਟਾ ਫੇਰ ਤੁਰਦਾ ਸੀ। ਅੱਛਾ ਦੂਜੇ ਆਮ ਲੋਕਾਂ ਨੇ ਵਿਰੋਧ ਤਾਂ ਨਹੀਂ ਕੀਤਾ ਕਦੇ ਝੋਟੇ ਦਾ ਉੱਥੇ ਗਏ ਦਾ? ਕਦੇ 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 ਵੀ ਨਹੀਂ, ਲੋਕ ਖੁਸ਼ ਹੁੰਦੇ ਸੀ ਵੀ ਝੋਟਾ ਸਾਡੇ ਪਿੰਡ ਆ ਗਿਆ, ਪਰ ਝੋਟਾ ਕਿਸੇ ਦੇ ਸੱਦੇ ਤੋਂ ਜਾਂਦਾ ਸੀ, ਐਂ ਨਹੀਂ ਆਪਣੇ ਆਪ 'ਚ ਲੈ। ਅੱਛਾ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ 'ਤੇ ਪਰਚਾ ਕਰਨ ਦਾ ਕੀ ਮਤਲਬ ਹੋਇਆ, ਤੁਹਾਡਾ ਨਾਮ ਕਾਹਤੋਂ ਵਿੱਚ ਇਨਕਲੂਡ ਕੀਤਾ ਗਿਆ? ਬਸ ਥੋੜਾ ਕਿਹਾ ਜਿਵੇਂ ਨਾਂ ਹੈਗਾ ਉਹ ਲਾ ਲਓ, ਜਾਂ ਬਾਕੀ ਸਰਕਾਰ ਨਸ਼ਾ ਵੇਚਣ ਵਾਲਿਆਂ ਨੂੰ ਸ਼ਹਿ ਦੇ ਰਹੀ ਹੈ ਤੇ ਨਸ਼ਾ ਦੇ ਖਿਲਾਫ ਹੁਣ ਤੁਹਾਨੂੰ ਕਹਿ ਰਹੀ ਹੈ ਤੁਸੀਂ ਬੋਲਣਾ ਹੀ ਨਹੀਂ? ਸ਼ਹਿ ਦੇ ਬਿਲਕੁਲ ਇਹ ਤੋਂ ਸਾਬਤ ਕੀ ਹੁੰਦਾ ਜੀ, ਸ਼ਹਿ ਹੀ ਸਾਬਤ ਹੁੰਦੀ ਹੈ ਨਾ। ਮੈਂ ਤੁਸੀਂ ਹੋਰ ਤਾਂ ਕਿਸੇ ਦੀ ਸੁਣਵਾਈ ਹੈ ਨੀ, ਆਮ ਬੰਦੇ ਦੀ ਸੁਣਵਾਈ ਹੈ ਨੀ, ਇੱਕ ਮਿੰਟ 'ਚ ਝੂਠਾ ਪਰਚਾ ਹੋ ਜਾਂਦਾ ਹੈ। ਉਹ ਔਰਤ ਹੁਣ ਕਹੀ ਜਾਂਦੀ ਹੈ, ਕਿਸੇ ਚੈਨਲ ਵਾਲੇ ਵੀਰ ਦਾ ਫੋਨ ਆਇਆ ਸੀ, ਕਹੀ ਮੇਰਾ ਉਹਨੇ ਪੱਖ ਲਿੱਤਾ, ਕਹਿੰਦੀ ਇਹ ਜਿਹੜੀ ਵੀਡੀਓ ਮਾਨ ਨੇ ਬਣਾਈ ਇਸ ਤੋਂ ਪਹਿਲਾਂ ਮਾਨ ਹੋਰੀ 6 ਬੰਦੇ ਆਏ ਮੇਰੀ ਤਲਾਸੀ ਲਈ, ਮੇਰੇ ਕਾਨੜਾ ਪਿਸਤੌਲ ਵਾਲੇ ਜੀ ਤੇ ਮੇਰੇ ਤੰਗਾਂ ਦੇ ਹੱਥ ਲਾ ਕੇ ਮੇਰੀ ਤਲਾਸੀ ਲਈ, ਹਾਲਾਂਕਿ ਕੋਈ ਏਦਾਂ ਦੀ ਕੋਈ ਗੱਲਬਾਤ ਵੀ ਨੇੜੇ ਤੇੜੇ ਵੀ ਨਹੀਂ ਕੋਈ ਵੀ, ਹੈਨਾ ਉਹ ਕਿਸੇ ਦੀ ਸਚਾਈ ਹੋਈ ਆ ਸਾਰੀਆਂ ਜਿਹੜੀਆਂ ਗੱਲਾਂ। ਨਹੀਂ ਉਹ ਤਾਂ ਸਾਫ਼ ਹੀ ਹੈ, ਜਦੋਂ ਤੁਸੀਂ ਇਹੋ ਜਿਹਾ ਕੋਈ ਐਕਸ਼ਨ ਲੈਣ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਲਾਈਵ ਹੁੰਦੇ ਹੈ, ਇਹ ਤਾਂ ਆਮ ਤੌਰ 'ਤੇ ਬਹੁਤ ਸਾਰੇ ਪ੍ਰੋਗਰਾਮਾਂ 'ਚ ਦੇਖਿਆ ਗਿਆ। ਅਤੇ ਪਰ ਕੋਈ ਪਿੰਡ ਦੇ ਐਸੇ ਆਸੇ ਪਾਸੇ ਦੇ ਲੋਕ ਜਿਹੜੇ ਕਿ ਤੁਹਾਡਾ ਵਿਰੋਧ ਕਰਦੇ ਹੋਣ ਵੀ ਤੁਸੀਂ ਜਾਣ ਬੁੱਝ ਕੇ ਆਪਦੇ ਨੰਬਰ ਬਣਾਉਣ ਦੇ ਮਾਰੇ, ਕਈ ਲੋਕ ਇਹ ਵੀ ਕਹਿੰਦੇ ਵੀ ਆਪਦਾ ਨੰਬਰ ਬਣਾਉਣ ਮਾਰੇ ਇਹ ਕਈ ਵਾਰੀ ਇਹ ਬੇਕਸੂਰਾਂ ਨੂੰ ਵੀ ਤੰਗ ਕਰਨ ਲੱਗ ਜਾਂਦੇ ਨੇ, ਕੋਈ ਇਹੋ ਜਿਹੀ ਗੱਲ ਕਦੇ?
ਪਲੰਬਰਾਂ ਵਾਲੀ ਤਾਂ ਕੋਈ ਗੱਲ ਨੀ ਜੀ, ਝੋਟੀ ਨਾਲ ਮੈਨੂੰ ਝੋਟੀ ਦਾ ਕੰਮ ਵਧੀਆ ਲੱਗਦਾ ਸੀ, ਉਸ ਦਿਨ ਕੁਦਰਤੀ ਮੈਂ ਨੇੜੇ ਸੀ, ਮੈਂ ਪਹੁੰਚ ਗਿਆ। ਜੀ ਜੀ ਤੇ ਇਹ ਨੀ ਮੈਂ ਪੱਕੇ ਝੋਟੇ ਨਾਲ ਰਹਿੰਦਾ ਸੀ, ਤੁਹਾਨੂੰ ਪਤਾ ਮੈਂ ਤਾਂ ਆਪਦਾ ਕੰਮ ਕਰਦਾ। ਉਹ ਬੰਦੇ ਬਾਈ ਜੀ ਮੈਂ ਨਿੱਕਾ ਨੀ ਨਿੱਕਾ ਜਿਹਾ ਹੁੰਦਾ ਸੀ ਜਦੋਂ ਦੇ ਉਹ ਮੁੰਡੇ ਦੀ ਉਹਦੀ ਸੱਸ ਜਿਹੜੀ ਬਣੀ ਹੋਈ ਹੈ ਨਾ ਬਹੂ ਉਹਨਾਂ ਦੀ, ਉਹਦੀ ਸੱਸ ਸਮੈਕ ਵੇਚਦੀ 2003-04 ਚ ਆਸੇ ਪਾਸੇ ਏਰੀਏ ਚ ਆਉਂਦੀ। ਉਹਦਾ ਜਿਹੜੇ ਟਾਈਮਾਂ ਚ ਗੁਰਪਾਲ ਤੇਰੇ ਮੇਰੇ ਆਮ ਬੰਦੇ ਕੋਲ ਮੋਬਾਈਲ ਨੀ ਸੀ ਹੁੰਦਾ, ਉਹਦੇ ਘਰੋਂ ਪੁਲਿਸ ਵਾਲਿਆਂ ਨੇ ਇੱਕ ਵਾਰੀ ਰੇਡ ਪਾਈ, ਉਹਦੇ ਘਰੋਂ ਘੱਟੋ ਘੱਟ 30-35 ਮੋਬਾਈਲ ਨਿਕਲੇ, ਜਿਹੜੇ ਮੁੰਡੇ ਗਹਿਣੇ ਕਰ ਜਾਂਦੇ ਸੀ। ਅੱਛਾ, ਉਹ ਪਰਿਵਾਰ ਹੈ, ਤੁਸੀਂ ਆਪ ਹਿਸਾਬ ਲਾ ਲਓ। ਅੱਛਾ ਜੀ, ਮਾਨਸਾ ਤਾਂ ਬਹੁਤ ਡਰਾਈ ਜਿਹਾ ਏਰੀਆ ਮੰਨਿਆ ਜਾਂਦਾ, ਦੂਜੇ ਪਾਸੇ ਤਾਂ ਉੱਧਰ ਵੀ ਇੰਨਾ ਨਸ਼ੇ ਦਾ ਬੁਰਾ ਹਾਲ ਹੋਇਆ, ਅਤੇ ਲੋਕ ਉੱਧਰ ਉੱਧਰ ਬਈ ਜਿਵੇਂ ਚੰਡੀਗੜ੍ਹ ਮੋਹਾਲੀ ਇਲਾਕੇ ਏਰੀਏ ਦੇ ਵਿੱਚ ਤਾਂ ਮਾਡਰਨਾਈਜੇਸ਼ਨ ਦੇ ਨਾਲ ਕੁੜੀਆਂ ਘਰਾਂ ਤੋਂ ਬਾਹਰ ਆਈਆਂ ਹੋਈਆਂ ਨੇ ਤਾਂ ਉਹ ਲੱਗ ਜਾਂਦੀਆਂ ਨਸ਼ੇ 'ਤੇ, ਤਾਂ ਕਿੰਨੀ ਕੁ ਗਿਣਤੀ ਉੱਧਰ ਆਪਣੇ ਉਸ ਇਲਾਕੇ ਬਠਿੰਡਾ ਮਾਨਸਾ ਇਲਾਕੇ 'ਚ ਕੁੜੀਆਂ ਲੱਗੀਆਂ ਹੋਈਆਂ ਨੇ ਨਸ਼ੇ 'ਚ? ਹੈਗੀਆਂ ਥੋੜ੍ਹੇ ਥੋੜ੍ਹੀਆਂ ਹੈਗੀਆਂ ਕੁੜੀਆਂ, ਬਠਿੰਡੇ 'ਚ ਵੀ ਹੈਗੀਆਂ, ਮਾਨਸਾ 'ਚ ਵੀ ਹੈਗੀਆਂ, ਪਰ ਜ਼ਿਆਦਾ ਨਹੀਂ। ਜਿਵੇਂ ਮੋਹਾਲੀ ਚੰਡੀਗੜ੍ਹ ਦੀ ਗੱਲ ਕਰੀਏ ਉਹ ਤਾਂ ਗੱਲ ਕਾਹਨੂੰ ਹੈ, ਅਤੇ ਪਰ ਹੁਣ ਜਿਹੜਾ ਇਹ ਘੁੰਮਣ ਕਲਾ ਪਿੰਡ ਹੈ ਜੀ, ਇਹ ਤਾਂ ਜਿਹਨੂੰ ਤੁਸੀਂ ਮਰਜ਼ੀ ਪੁੱਛ ਲਓ, ਪੁਰਾਣਾ ਇੱਥੇ ਸਮੈਕ ਸੀਸੀਆਂ ਅਤੇ ਚਿੱਟੇ ਦਾ ਗੜ੍ਹ ਹੈ, ਇਹ ਹੱਦ 'ਤੇ ਪੈ ਗਿਆ ਬਾਈ, ਬਠਿੰਡੇ ਅਤੇ ਮਾਨਸਾ ਦੀ ਹੱਦ 'ਤੇ ਪਿੰਡ ਹੈ। ਜਿੰਨੇ ਅੱਜ ਤੱਕ ਝੋਟੇ ਨੇ ਬੰਦੇ ਫੜੇ ਜਾਂ ਤੁਸੀਂ ਨਾਲ ਉਹਦੇ ਸਰਵਾਈਵ ਉਹਦੇ ਨਾਲ ਤੁਸੀਂ ਕੰਮ ਕਰਦੇ ਰਹੇ, ਸਾਥ ਦਿੱਤਾ, ਪ੍ਰੋਸੈਸ ਤੁਸੀਂ ਰਹੇ, ਉਹਨਾਂ ਬੰਦਿਆਂ 'ਤੇ ਅੱਜ ਤੱਕ ਕਿੰਨੇ ਕੁ ਪਰਚੇ ਹੋਏ? ਝੋਟੇ 'ਤੇ ਤਾਂ ਹੋ ਗਿਆ, ਤੁਹਾਡੇ 'ਤੇ ਵੀ ਕਰਤਾ, ਉਹਨਾਂ ਬੰਦਿਆਂ 'ਤੇ ਪਰਚੇ ਹੋਏ ਅੱਜ ਤੱਕ? ਕੋਈ ਪਰਚੇ ਨਹੀਂ, ਕਿਸੇ 'ਤੇ ਕੋਈ ਕਾਰਵਾਈ ਨਹੀਂ ਹੋਈ। ਅੱਛਾ, ਤੁਸੀਂ ਪੁਲਿਸ ਨੂੰ ਇਤਲਾਹ ਕਰਦੇ ਹੋ ਪਹਿਲਾਂ ਜਦੋਂ ਤੁਸੀਂ ਲਾਈਵ ਕਰਦੇ ਹੋ? ਤੁਸੀਂ ਜ਼ਿੰਮੇਵਾਰ ਬੰਦੇ ਹੋ, ਜ਼ਿੰਮੇਵਾਰ ਨਾਗਰਿਕ ਹੋ, ਤੁਹਾਡੇ ਨਾਲ ਲੱਖਾਂ ਲੋਕ ਜੁੜੇ ਨੇ, ਤੁਸੀਂ ਪੁਲਿਸ ਸਾਥ ਨਹੀਂ ਦਿੰਦੀ? ਝੋਟੇ ਦੀਆਂ SSP ਤੱਕ ਮੀਟਿੰਗਾਂ ਹੋਈਆਂ ਨੇ ਵੀ ਜੀ ਆਹ ਫਲਾਨਾ ਬੰਦਾ ਹੈਗਾ, ਇੰਨਾ ਨਸ਼ਾ ਮੈਂ ਤੁਹਾਨੂੰ ਫੜਾ ਕੇ ਉੱਤੋਂ ਫੜਾ ਦਿੰਦਾ, ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਠੀਕ ਹੈ, ਝੋਟੇ ਨੂੰ ਕਿਹਾ ਜਾਂਦਾ ਸਾਡਾ ਕੰਮ ਹੈ, ਅਤੇ ਹੁਣ ਝੋਟੇ ਨੂੰ ਇਹ ਕਿਹਾ ਜਾਂਦਾ ਵੀ ਝੋਟਾ ਕਾਨੂੰਨ ਹੱਥ 'ਚ ਲੈਂਦਾ, ਜਿਹੜਾ ਬੰਦਾ ਨਸ਼ਾ ਵੇਚ ਕੇ ਲਾਈਵ ਕਰਨ ਦੀ, ਇਹਦੀ ਸਪੋਰਟ ਕਰਨ ਦੀ ਜਾਂ ਝੋਟੇ ਨੂੰ ਇਹੋ ਜਿਹਾ ਕੰਮ ਕਰਨ ਦੀ ਲੋੜ ਕਿਉਂ ਪਈ, ਕਿਉਂ ਲੱਗਦਾ ਤੁਹਾਨੂੰ, ਕਾਰਨ ਕੀ ਹੈ? ਲਾਈਵ ਦਾ ਤਾਂ ਇਹੀ ਮਤਲਬ ਹੁੰਦਾ, ਤੁਸੀਂ ਨਹੀਂ, ਤੁਸੀਂ ਸਾਰੇ ਜਣੇ ਇਹ ਜਿਹੜਾ ਬੇੜਾ ਚੱਕਿਆ ਇਹ ਬਹੁਤ ਚੰਗਾ ਚੱਕਿਆ ਪੰਜਾਬ ਦੇ ਲੋਕਾਂ ਲਈ, ਤਾਂ ਤੁਸੀਂ ਵਧਾਈ ਦੇ ਪਾਤਰ ਹੋ, ਮੈਂ ਬਤੌਰ ਪੱਤਰਕਾਰ ਵੀ ਤੁਹਾਡਾ ਸਲਿਊਟ ਕਰਦਾ, ਪਰ ਤੁਸੀਂ ਇਹ ਸਾਨੂੰ ਇਹ ਦੱਸੋ ਵੀ ਇਹਦੀ ਲੋੜ ਕਾਹਤੋਂ ਪਈ ਤੁਹਾਨੂੰ, ਤੁਸੀਂ ਪ੍ਰਸ਼ਾਸਨ ਤੋਂ ਅੱਕੇ ਹੋਏ ਸੀ ਜਾਂ ਤੁਸੀਂ ਪ੍ਰਸ਼ਾਸਨ ਨੂੰ ਦੱਸਿਆ ਹੀ ਨਹੀਂ ਸੀ? ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ, ਇਹ ਕਹਿੰਦੇ, ਇਹ ਮੈਂ ਤੁਹਾਨੂੰ ਦੱਸਦਾ ਇਹ ਚਿੱਟਾ ਕਿਉਂ ਨਹੀਂ ਬੰਦ ਹੁੰਦਾ, ਇੱਕ ਪਰਚਾ ਦੇਣ ਤੇ ਜਿਹੜਾ ਬੰਦਾ ਪਰਚਾ ਦੇ ਦਿੰਦਾ ਨਾ ASI, ਉਹਦਾ 7-8 ਹਜ਼ਾਰ ਰੁਪਇਆ ਖਰਚ ਹੋ ਜਾਂਦਾ। ਠੀਕ ਹੈ, ਹਲੇ ਆਪਾਂ ਕਹਿੰਦੇ ਪੁਲਿਸ ਪੈਸੇ ਲੈਂਦੀ, ਪੁਲਿਸ ਕੀ ਕਰੇ, ਆਪਣਾ ਸਿਸਟਮ ਹੀ ਇਹ ਜਿਹਾ, ਪੇਪਰ ਤੱਕ ਨਹੀਂ ਆਉਂਦਾ, ਉਹ ਜਿਹਦੇ 7-8 ਹਜ਼ਾਰ ਰੁਪਇਆ ਉਹ ਪਰਚਾ ਕਿਉਂ ਦਊਗਾ? ਇਹ ਚਿੱਟੇ ਵਾਲੇ ਦਰਵਾਜ਼ੇ ਫੜੇ ਜਾਂਦੇ, ਇੱਥੇ ਉਹਦੀ ਕਾਰਵਾਈ ਕੋਈ ਨਹੀਂ, ਕਾਰਵਾਈ ਹੁੰਦੀ ਹੈ ਕਹਿੰਦੇ ਹੈਵੀ ਰਿਕਵਰੀ ਤੇ, ਘੰਟੇ ਚ ਕੱਢ ਦਿੰਦੇ, ਫਿਰ 10 ਲਿਆਂਦਾ ਗ੍ਰਾਮ ਲਿਆਂਦਾ, ਫਿਰ ਘੰਟੇ ਕੱਢਦਾ, ਇੱਕ ਦਿਨ ਚ ਕੱਢ ਤਾਂ ਇਹ 250-250 ਦਿੰਦਾ ਹੀ ਹੈ, ਪਰ 250 ਗ੍ਰਾਮ ਤੇ ਹੈਵੀ ਰਿਕਵਰੀ ਹੁੰਦੀ ਹੈ, ਪਰ ਉਹ ਹੈਵੀ ਰਿਕਵਰੀ ਚ ਮੰਨਿਆ ਨਹੀਂ ਜਾਂਦਾ, ਤੇ ਇਹ ਪੁਲਿਸ ਨੂੰ, ਤੁਹਾਨੂੰ ਲੱਗਦਾ ਵੀ ਇਹ ਪੁਲਿਸ ਨੂੰ ਪੈਸੇ ਦਿੰਦੇ ਨੇ ਆਪਦੇ ਇਲਾਕੇ ਚ ਹਰੇਕ ਬੰਦਾ? ਚਾਹੋਗੇ ਉਸ ਦਿਨ ਸਰਕਾਰ ਨੂੰ ਦੱਸਣਾ ਚਾਹਾਂਗੇ ਲੋਕ ਕਿੰਨੇ ਔਖੇ ਹੋਏ ਆ, ਕਿੰਨੇ ਔਖੇ ਹੋਏ ਆ, ਤਾਂ ਸਿਰਫ ਇੱਕ ਮਾਨਸਾ ਜ਼ਿਲ੍ਹੇ ਦੀ ਗੱਲ ਹੈ।